ਜਿਹੜੇ ਇੰਟਰਨਲ ਸਿਕਿਉਰਿਟੀ ਕਾਊਂਟਰ ਇੰਟੈਲੀਜੈਂਸ ਵਿੰਗ ਸਾਰੇ ਬੜਾ ਆਪਸ ਦੇ ਵਿੱਚ ਪ੍ਰੋਪਰ ਕੋਆਰਡੀਨੇਸ਼ਨ ਨਾਲ ਕੰਮ ਕਰ ਰਹੇ ਸੀਗੇ। ਅੰਮ੍ਰਿਤਪਾਲ ਸਿੰਘ ਦੇ ਖਿਲਾਫ NSA ਦੇ ਵਾਰੰਟਸ ਜਿਹੜੇ ਨੇ ਇਸ਼ੂ ਕੀਤੇ ਹੋਏ ਸੀ ਕੋਰਟ ਨੇ, ਤੋ ਅੱਜ ਸਵੇਰੇ ਅੰਮ੍ਰਿਤਪਾਲ ਸਿੰਘ ਨੂੰ ਡਿਟੇਨ ਕੀਤਾ ਗਿਆ, NSA ਦੇ ਜਿਹੜੇ ਵਾਰੰਟਸ ਆ ਉਹਨਾਂ ਨੂੰ ਐਗਜੀਕਿਊਟ ਕਰਕੇ ਉਹਦੇ ਅੰਡਰ ਡਿਟੇਨ ਕੀਤਾ ਗਿਆ ਹੈ। ਔਰ ਫਰਦਰ ਇਸ ਕੇਸ ਦੇ ਵਿੱਚ ਜਿਹੜਾ ਵਾ ਕਾਨੂੰਨ ਦੇ ਅਨੁਸਾਰ ਅੱਗੇ ਕਾਰਵਾਈ ਹੋਊਗੀ। ਲੋਕਾਂ ਨੇ, ਪਬਲਿਕ ਨੇ, ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹੂੰਗਾ ਪੰਜਾਬ ਦੇ ਲੋਕਾਂ ਦਾ, ਜਿਨ੍ਹਾਂ ਨੇ ਇਸ ਪੂਰੇ ਦੌਰ ਦੇ ਦੌਰਾਨ ਪੰਜਾਬ ਦੇ ਵਿੱਚ ਕਮਿਊਨਲ ਹਾਰਮਨੀ, ਪੀਸ ਮੇਨਟੇਨ ਕੀਤੀ ਹੈ। ਔਰ ਪੰਜਾਬ ਪੁਲਿਸ ਵੀ ਕਮਿਟਡ ਆ ਪੰਜਾਬ ਦੇ ਵਿੱਚ ਕਮਿਊਨਲ ਹਾਰਮਨੀ ਅਤੇ ਪੀਸ ਮੇਨਟੇਨ ਕਰਨ ਵਾਸਤੇ। ਔਰ ਕੁਛ ਜਿਹੜੇ ਹੈਗੇ ਨੇ ਐਲੀਮੈਂਟਸ, ਉਹਨਾਂ ਨੂੰ ਵਾਰਨਿੰਗ ਦਿੱਤੀ ਜਾਂਦੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਮਾਹੌਲ ਪੰਜਾਬ ਦੇ ਵਿੱਚ ਜਿਹੜਾ ਵਾ ਉਹ ਖਰਾਬ ਨਹੀਂ ਹੋਣ ਦਿੱਤਾ ਜਾਏਗਾ, ਕਿਸੇ ਨੂੰ ਵੀ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਊਗੀ। ਅੰਮ੍ਰਿਤਪਾਲ ਸਿੰਘ ਨੂੰ ਅੱਜ ਸਵੇਰੇ ਕਰੀਬ 6:45 'ਤੇ ਰੋਡੇ ਪਿੰਡ ਤੋਂ ਗ੍ਰਿਫਤਾਰ ਕੀਤਾ ਗਿਆ। ਪੰਜਾਬ ਪੁਲਿਸ ਅਤੇ ਇੰਟੈਲੀਜੈਂਸ ਵਿੰਗ ਦੇ ਕੋਲ ਕੰਕਰੀਟ ਇਨਫੋਰਮੇਸ਼ਨ ਸੀ ਓਪਰੇਸ਼ਨਲ ਇਨਪੁੱਟਸ ਦੇ ਬੇਸਿਸ ਦੇ ਉੱਤੇ ਕਿ ਉਹ ਰੋਡੇ ਪਿੰਡ ਦੇ ਵਿੱਚ ਜਿਹੜਾ ਵਾ ਪ੍ਰੈਜੈਂਟ ਆ। ਉਹਨੂੰ ਪੁਲਿਸ ਨੇ ਸਾਰੇ ਪਾਸੇ ਤੋਂ ਨਾਕਾਬੰਦੀ ਕਰਕੇ ਪਿੰਡ ਨੂੰ ਘੇਰਿਆ ਹੋਇਆ ਸੀਗਾ, ਪਰ ਕਿਉਂਕਿ ਉਹ ਗੁਰਦੁਆਰਾ ਸਾਹਿਬ ਦੇ ਅੰਦਰ ਸੀਗਾ, ਤੋ ਗੁਰਦੁਆਰਾ ਸਾਹਿਬ ਦੀ ਮਰਿਆਦਾ ਜਿਹੜੀ ਆ ਉਹ ਸੁਪਰੀਮ ਆ, ਉਹਨੂੰ ਮੇਨਟੇਨ ਕਰਨਾ ਸਾਰਿਆਂ ਦਾ ਹੀ ਸਾਡਾ ਫਰਜ਼ ਆ ਕਿ ਕਿਸੇ ਵੀ ਤਰ੍ਹਾਂ ਦਾ ਮਰਿਆਦਾ ਦੇ ਨਾਲ ਕੋਈ ਛੇੜਛਾੜ ਨਹੀਂ ਹੋ ਸਕਦੀ। ਸੋ ਉਸ ਸੰਬੰਧ ਦੇ ਵਿੱਚ ਜਦੋਂ ਇਹ ਕਨਵੇ ਹੋ ਗਿਆ ਕਿ ਸਾਰੇ ਪਾਸੇ ਤੋਂ ਘਿਰ ਗਿਆ ਹੈ ਔਰ ਕੋਈ ਚਾਰਾ ਅਸਕੇਪ ਦਾ ਉੱਥੋਂ ਨਹੀਂ ਹੈਗਾ, ਉਸ ਤੋਂ ਬਾਅਦ ਦੇ ਵਿੱਚ ਉਹਨੂੰ ਗ੍ਰਿਫਤਾਰ ਕੀਤਾ ਗਿਆ ਕਰੀਬ 6:45 'ਤੇ, ਜਿਸ ਤਰ੍ਹਾਂ ਮੈਂ ਦੱਸਿਆ NSA ਦੇ ਅਧੀਨ ਗ੍ਰਿਫਤਾਰ ਕੀਤਾ ਗਿਆ। ਉਸ ਤੋਂ ਬਾਅਦ ਡਿਟੇਨ ਕਰਕੇ ਉਹ ਵਾਰੰਟ ਐਗਜੀਕਿਊਟ ਕਰਕੇ ਉਹਨੂੰ ਦਿਬਰੂਗੜ੍ਹ ਵਾਸਤੇ ਜਿਹੜਾ ਰਵਾਨਾ ਪੰਜਾਬ ਪੁਲਿਸ ਨੇ ਕਰ ਦਿੱਤਾ। ਇਹ ਜਿਹੜਾ ਜੁਆਇੰਟ ਓਪਰੇਸ਼ਨ ਸੀਗਾ ਪੰਜਾਬ ਪੁਲਿਸ ਦਾ ਅਤੇ ਇੰਟੈਲੀਜੈਂਸ ਵਿੰਗ ਦਾ। ਪੰਜਾਬ ਪੁਲਿਸ ਕੋ ਜੋ ਲਗਾਤਾਰ ਪੰਜਾਬ ਪੁਲਿਸ ਨੇ ਇਸ ਕੇਸ ਮੇਂ ਦਬਾਅ ਬਣਾਇਆ ਹੋਇਆ ਥਾ ਪਿਛਲੇ 35 ਦਿਨ ਸੇ, ਸਾਰੇ ਹੀ ਪੰਜਾਬ ਪੁਲਿਸ ਕੇ ਜੋ ਵਿੰਗਸ ਥੇ ਵੋ ਪ੍ਰੋਪਰ ਕੋਆਰਡੀਨੇਸ਼ਨ ਕੇ ਸਾਥ ਕਾਮ ਕਰ ਰਹੇ ਥੇ, ਜਿਸਮੇਂ ਇੰਟੈਲੀਜੈਂਸ ਵਿੰਗ ਹੈ, ਬਾਕੀ ਸਾਰੇ ਹਮਾਰੇ ਵਿੰਗਸ ਹੈ। ਅੰਮ੍ਰਿਤਪਾਲ ਸਿੰਘ ਕੇ ਖਿਲਾਫ NSA ਕੇ ਵਾਰੰਟਸ ਇਸ਼ੂ ਹੋਏ ਥੇ, ਇਨ ਵਾਰੰਟਸ ਕੋ ਆਜ ਸੁਬਹ ਐਗਜੀਕਿਊਟ ਕੀਆ ਗਿਆ ਹੈ, ਉਸਕੀ ਗ੍ਰਿਫਤਾਰੀ ਜੋ ਹੈ NSA ਕੇ ਅਧੀਨ ਕੀ ਗਈ ਹੈ।